24 ਤਰੀਕ ਸ਼ਾਮ ਨੂੰ 5 ਵਜੇ ਅਸੀਂ ਇੱਥੇ ਆਪਣੀ ਦੁਕਾਨ 'ਤੇ ਕਾਰੋਬਾਰ ਕਰ ਰਹੇ ਸੀਗੇ ਅਤੇ ਅਚਾਨਕ ਬਾਹਰੋਂ ਉੱਗਰ ਰੂਪ ਦੇ ਵਿੱਚ ਭੀੜ ਇੱਥੇ ਸਾਡੇ ਦੁਕਾਨ ਦੇ ਸਾਹਮਣੇ ਚੌਂਕ 'ਤੇ ਇਕੱਠੀ ਹੋਈ ਹੈ ਅਤੇ ਸਾਡੇ ਨਜ਼ਦੀਕ 'ਚ ਹੀ ਇੱਥੇ ਮਸਜਿਦ ਹੈਗੀ ਹੈ। ਮਸਜਿਦ ਦੇ ਵਿੱਚ ਨਮਾਜ਼ ਦਾ ਟਾਈਮ ਹੋਣ ਕਰਕੇ ਨਮਾਜ਼ੀ ਕਾਫੀ ਗਿਣਤੀ 'ਚ ਸਨ ਅਤੇ ਸਾਡੇ ਨਜ਼ਦੀਕ ਮੁਸਲਿਮ ਫੈਮਲੀਆਂ ਵੀ ਰਹਿੰਦੀਆਂ ਨੇ। ਤਣਾਅ ਮਾਹੌਲ ਨੂੰ ਦੇਖਦੇ ਹੋਏ ਆ ਘਬਰਾਹਟ ਉਹਨਾਂ ਦੇ ਵਿੱਚ ਆ ਗਈ ਸੀ ਅਤੇ ਉਹ ਇੱਥੋਂ ਆਪਣੀ ਜਾਨ ਬਚਾਉਣ ਵਾਸਤੇ ਇਲਾਕੇ ਨੂੰ ਛੱਡਣਾ ਚਾਹੁੰਦੇ ਸੀ। ਅਸੀਂ ਪਹਿਲਾਂ ਉਹਨਾਂ ਨੂੰ ਦਿਲਾਸਾ ਦਿੱਤਾ ਵੀ ਇੱਥੋਂ ਤੁਹਾਨੂੰ ਜਾਣ ਦੀ ਲੋੜ ਨਹੀਂ ਹੈ, ਪਰ ਮਾਹੌਲ ਨੂੰ ਜ਼ਿਆਦਾ ਹੀ ਖਤਰਨਾਕ ਮਹਿਸੂਸ ਕਰਦੇ ਹੋਏ ਉਹਨਾਂ ਨੇ ਸਾਨੂੰ ਰਿਕੁਐਸਟ ਕੀਤੀ ਵੀ ਤੁਸੀਂ ਸਾਨੂੰ ਇੱਥੋਂ ਕਿਸੇ ਸੁਰੱਖਿਅਤ ਸਥਾਨ 'ਤੇ ਪਹੁੰਚਾਉਣ ਦਾ ਜੇ ਪ੍ਰਬੰਧ ਕਰ ਸਕੋ ਅਤੇ ਸਾਨੂੰ ਸਾਡੇ ਗੁਰੂ ਸਾਹਿਬ ਦਾ ਸੰਦੇਸ਼ ਸੀ, ਸਾਡਾ ਇਰਾਦਾ ਸੀ ਕਿ ਅਸੀਂ ਇਹਨਾਂ ਨੂੰ ਇੱਥੋਂ ਕਿਤੇ ਸੁਰੱਖਿਅਤ ਸਥਾਨ 'ਤੇ ਪਹੁੰਚਾਈਏ। ਉਹ ਦੇਖਦੇ ਹੋਏ ਮਹਿਸੂਸ ਕੀਤੇ ਕਰਦੇ ਹੋਏ ਮੈਂ ਆਪਣੇ ਬੇਟੇ ਇੰਦਰਜੀਤ ਸਿੰਘ ਨੂੰ ਕਾਲ ਕੀਤੀ ਕਿ ਤੁਸੀਂ ਕੋਈ ਸਾਧਨ ਲੈ ਕੇ ਆਓ ਅਤੇ ਅਸੀਂ ਇਹਨਾਂ ਨੂੰ ਕਿਤੇ ਸੁਰੱਖਿਅਤ ਸਥਾਨ 'ਤੇ ਪਹੁੰਚਾਈਏ। ਮੇਰਾ ਬੇਟਾ ਇੰਦਰਜੀਤ ਸਿੰਘ ਬੁਲਟ ਬਾਈਕ 'ਤੇ ਫੌਰਨ ਇੱਥੇ ਪਹੁੰਚ ਗਿਆ। ਉਸ ਤੋਂ ਬਾਅਦ ਵਿੱਚ ਅਸੀਂ ਇਹਨਾਂ ਨੂੰ ਸਾਡੇ ਨਜ਼ਦੀਕ 1.5 ਕਿਲੋਮੀਟਰ ਦੇ ਕਰੀਬ ਇੱਕ ਕਰਦਮਪੁਰੀ ਕਲੋਨੀ ਹੈ, ਅਸੀਂ ਉਹਨਾਂ ਨੂੰ ਇੱਥੋਂ ਲਗਭਗ 1.5 ਘੰਟੇ ਦੇ ਵਿੱਚ 50-60 ਇਹ ਪਰਿਵਾਰ ਦੇ ਲੋਕਾਂ ਨੂੰ, ਸਭ ਤੋਂ ਪਹਿਲਾਂ ਹੀ ਛੋਟੀ ਬੱਚੀਆਂ ਨੂੰ, ਉਸ ਤੋਂ ਬਾਅਦ ਵਿੱਚ ਇਹਨਾਂ ਦੀਆਂ ਬੀਬੀਆਂ ਨੂੰ, ਔਰ ਉਸ ਤੋਂ ਬਾਅਦ ਵਿੱਚ ਅਸੀਂ ਨੌਜਵਾਨ ਬੱਚੇ ਸਨ ਉਹਨਾਂ ਨੂੰ ਅਸੀਂ ਪਗੜੀਆਂ ਬੰਨ੍ਹ ਕੇ, ਕਿਉਂਕਿ ਰਸਤੇ ਦੇ ਵਿੱਚ ਕਾਫੀ ਭੀੜ ਸੀ, ਸਾਨੂੰ ਖਤਰਾ ਲੱਗਦਾ ਸੀ ਕਿ ਕਿਤੇ ਰਸਤੇ ਦੇ ਵਿੱਚ ਕੋਈ ਨੁਕਸਾਨ ਨਾ ਹੋ ਜਾਵੇ, ਇਸ ਕਰਕੇ ਕਿ ਉਹ ਸਿੱਖ ਭੇਖ ਵਿੱਚ ਹੋਣਗੇ ਤਾਂ ਸ਼ਾਇਦ ਰਸਤੇ ਦੇ ਵਿੱਚ ਕੋਈ ਖਤਰਾ ਨਹੀਂ ਹੋਏਗਾ। ਸੋ ਅਸੀਂ ਲਾਸਟ ਵਿੱਚ ਜਿਹੜੇ ਰਹਿ ਗਏ ਸਨ ਬੰਦੇ ਬਜ਼ੁਰਗ ਉਹਨਾਂ ਨੂੰ ਅਸੀਂ ਲਾਸਟ ਵਿੱਚ ਪਹੁੰਚਾਇਆ ਅਤੇ 1.5 ਘੰਟੇ ਦੇ ਵਿੱਚ ਤਕਰੀਬਨ 20 ਕੁ ਚੱਕਰ ਲਗਾ ਕੇ ਅਸੀਂ ਉਹਨਾਂ ਨੂੰ ਕਰਦਮਪੁਰੀ ਸੁਰੱਖਿਅਤ ਸਥਾਨ 'ਤੇ ਪਹੁੰਚਾਇਆ। ਫਾਦਰ ਸਾਹਿਬ ਦਾ ਮੈਨੂੰ ਫੋਨ ਆਇਆ ਅਤੇ ਮੈਂ ਤੁਰੰਤ ਜੋ ਵੀ ਮੇਰੇ ਕੋਲ ਸਾਧਨ ਸੀ ਉਹ ਮੈਂ ਲੈ ਕੇ ਇੱਥੇ ਪਹੁੰਚਿਆ ਅਤੇ ਮੋਮਡਨ ਜਿਹੜੇ ਲੋਕ ਸੀ ਉਹਨਾਂ ਨੂੰ ਸੁਰੱਖਿਅਤ ਜਗ੍ਹਾ 'ਤੇ ਪਹੁੰਚਾਇਆ। ਮੋਟਰਸਾਈਕਲਾਂ 'ਤੇ ਬਿਠਾ ਕੇ ਲੈ ਗਏ? ਹਾਂਜੀ, ਮੋਟਰਸਾਈਕਲ ਬੁਲਟ ਹੈ ਮੇਰੇ ਕੋਲ ਅਤੇ ਉਸ 'ਤੇ ਬਿਠਾ ਕੇ ਲੈ ਕੇ ਗਏ।